ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਅਸ਼ੋਕ ਵਿਹਾਰ ਕਲੋਨੀ ਦੇ ਵਾਸੀ ਅੱਜ ਕੱਲ੍ਹ ਘਰਾਂ ਦੀਆਂ ਦੀਵਾਰਾਂ ਵਿੱਚ ਕਰੰਟ ਆ ਜਾਣ ਕਰਕੇ ਪਰੇਸ਼ਾਨ ਨੇ। ਕਲੋਨੀ ਵਾਸੀਆਂ ਨੇ ਬਿਜਲੀ ਵਿਭਾਗ ਦੇ ਖਿਲਾਫ਼ ਭੜਾਸ ਕਰਦਿਆਂ ਤਾਜਪੁਰ ਰੋਡ ਜਾਮ ਕਰਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਰੋਡ ਜਾਮ ਹੋਣ ਨਾਲ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਪਹਿਲਾਂ ਤਾਂ ਬਿਜਲੀ ਆਉਂਦੀ ਹੀ ਨਹੀਂ, ਅਗਰ ਜੇਕਰ ਆ ਜਾਵੇ ਤਾਂ ਗਲੀ ਵਿੱਚ ਖੜ੍ਹੇ ਪਾਣੀ ਅਤੇ ਦੀਵਾਰਾਂ ਵਿੱਚ ਕਰੰਟ ਆ ਜਾਂਦਾ ਹੈ। ਬਿਜਲੀ ਵਿਭਾਗ 'ਤੇ ਆਰੋਪ ਲਗਾਉਂਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਦਿੱਤੇ ਗਏ ਨੰਬਰਾਂ 'ਤੇ ਫੋਨ ਚੁੱਕਿਆ ਨਹੀਂ ਜਾਂਦਾ, ਅਗਰ ਕੋਈ ਚੁੱਕ ਵੀ ਲਵੇ ਤਾਂ ਬਾਰਿਸ਼ ਦਾ ਬਹਾਨਾ ਬਣਾ ਕੇ ਕਾਰਵਾਈ ਨਹੀਂ ਹੁੰਦੀ। ਜੀ ਕੀ ਮਾਮਲਾ ਜੀ ਜਿਹੜਾ ਜੀ ਤੁਸੀਂ? ਸਰ ਕੱਲ੍ਹ ਰਾਤ ਦੀ ਲਾਈਟ ਸਾਡੀ ਗਈ, 3 ਦਿਨ ਪਹਿਲੇ ਲਾਈਟ ਨਹੀਂ ਆਈ ਜੀ, ਅਤੇ ਰਾਤ ਮਾੜੀ ਮੋਟੀ ਗਈ ਅਤੇ ਸਾਡੇ ਟ੍ਰਾਂਸਫਾਰਮ ਤੋਂ ਕਰੰਟ ਆਇਆ ਜੀ, ਅਤੇ ਰਾਤ ਸਾਂਡ ਅੜਿਆ, ਅਸੀਂ ਮਸਾਂ ਭਜਾਇਆ ਜੀ, ਡਾਂਗਾ ਮਾਰ ਘਟਾਇਆ ਉਹਨੂੰ ਮਸਾਂ, ਅਤੇ ਸਵੇਰੇ ਕੁੱਤਾ ਕਰੰਟ ਨਾ ਮਾਰਿਆ ਜੀ, ਹੁਣ ਪਾਣੀ 'ਚ ਪੈਰ ਰੱਖਦਾ ਕਰੰਟ ਆਈ, ਗਲੀ ਬੰਦ ਕੀਤੀ, ਸਵੇਰ 'ਤੇ ਫੋਨ ਕਰਦੇ ਪਿਆ ਆਪਾਂ ਨੂੰ ਬਿਜਲੀ ਮਹਿਕਮੇ ਨੂੰ, ਸਵੇਰੇ ਆਏ ਸੀ ਜੀ ਘੰਟੇ 2 ਘੰਟੇ ਬਾਅਦ, ਮਾੜੀ ਜੀ ਤਾਰ ਛਿੜ ਕੇ ਚਲੇ ਗਈ, ਮੁੜ ਕੇ ਕਰੰਟ ਫਿਰ ਆ ਗਿਆ ਸਰ, ਅਤੇ ਹੁਣ ਉੱਥੇ ਬੱਚੇ ਸਕੂਲ ਦੇ ਲੰਘਦੇ ਪਏ, ਸਾਰਾ ਸਵੇਰ ਦੀ ਡਿਊਟੀ ਦੇਈ ਜਾਂਦੇ ਆ, ਫੋਨ ਦਾ 100 ਨੰਬਰ 'ਤੇ ਫੋਨ ਕੀਤਾ, ਸਾਡਾ ਫੋਨ ਕੱਟੀ ਜਾਂਦੇ ਨੇ, ਇੱਧਰ ਇਹ ਨਹੀਂ ਬਿਜਲੀ ਦੇ ਮਹਿਕਮੇ ਸਾਨੂੰ ਅੱਧਾ ਘੰਟਾ ਅੱਧਾ ਘੰਟਾ ਕਰੀ ਜਾਂਦੇ, ਹਲੇ ਤੱਕ ਨਹੀਂ ਪਹੁੰਚੇ ਸਾਡੇ ਕੋਲ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਇਹੀ ਕਹਿੰਦੇ ਸਾਡਾ ਟ੍ਰਾਂਸਫਾਰਮ ਜਿਹੜਾ ਹੈਗਾ ਬਦਲਣ ਜਾਂ ਕੋਈ ਹੱਲ ਹੈ ਤਾਂ ਪੂਰਾ ਕਰਨ ਲਈ, ਕਰੰਟ ਨਹੀਂ ਪਾਰ ਪਸੰਦ ਚਾਹੀਦਾ ਇੱਥੇ, ਜਵਾਕ ਵੀ ਲੰਘਦੇ, ਗਲੀ ਹੈ, ਗਲੀ ਛੋਟੀ ਹੈ, ਵੱਡੀ ਗੱਡੀਆਂ ਵੀ ਲੰਘਦੀਆਂ, ਤੁਹਾਨੂੰ ਗੱਡੀ ਨਾਲ ਲੱਗ ਗਈ ਕਿ ਜਵਾਕ ਸਰ ਕਰੰਟ ਲੱਗ ਗਿਆ ਫਿਰ ਜੀ, ਅਸੀਂ ਮੋਹਰ ਫੋਨ ਹੈਗਾ ਸਰ। ਹਾਂਜੀ ਮਾਤਾ ਜੀ, ਕੀ ਇਹ ਮਾਮਲਾ ਕੀ ਇਹ? ਮਾਮਲੇ ਜੀ ਦੇਖੋ, 36-36 ਘੰਟੇ ਲਾਈਟ ਨਹੀਂ ਦਿੰਦੇ ਸਾਨੂੰ, ਜੇ ਦਿੰਦੇ ਆ ਤਾਂ ਸਾਡੇ ਟ੍ਰਾਂਸਫਾਰਮ ਚ ਲਾਗੇ ਲਾਏ ਦਾ ਖਤਰਾ ਸਭ ਨੂੰ, ਕੱਲ ਪਰਸੋਂ ਵੀ 61 ਬੱਚੇ ਆਏ ਆ, ਅੱਜ ਕੁੱਤੇ ਨੇ ਪਤਾ ਨੀ ਕਿਹਦੀ ਮੌਤ ਲਿੱਤੀ, ਕੱਲ ਨੂੰ ਕਿਸੇ ਦੇ ਬੱਚਾ ਕਿਸੇ ਦੇ ਆਦਮੀ ਨੂੰ ਕੁਛ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ? ਪਾਣੀ ਤੋਂ ਅਸੀਂ ਪਰੇਸ਼ਾਨ ਆ, ਬੱਚਿਆਂ ਦੇ ਪੇਪਰ ਚਲਦੇ ਪਏ, ਲਾਈਟ ਦਿੰਦੇ ਨੇ 36-36 ਘੰਟੇ, ਕੀ ਪ੍ਰੋਬਲਮ ਹੈ? ਇਹਨਾਂ ਨੂੰ ਪਹਿਲੇ ਪੁੱਛੋ ਜਾ ਕੇ, ਬਿਜਲੀ ਦਾ ਬਿੱਲ ਦੇਣ ਲੱਗੇ, ਅੱਗੇ ਪਿੱਛੇ ਨੀ ਦੇਖਦੇ, ਇਹ ਲਾਈਟ ਪਿੱਛੇ ਲਾਇਆ, ਕਰੰਟ ਆ ਰਿਹਾ, ਆਂਢ ਗੁਆਂਢ ਨੂੰ ਸਭ ਨੂੰ ਪਰੇਸ਼ਾਨੀ ਹੈ, ਕਿਸੇ ਨੂੰ ਵੀ ਕਰੰਟ ਪੈ ਸਕਦਾ ਹੈ, ਬਿੱਲ ਲੈਣ ਲੱਗੇ ਅੱਗੇ ਪਿੱਛੇ ਆ ਜਾਂਦੇ ਆ, ਆਉਂਦੇ ਨੀ, ਜਿੰਨੇ ਮਰਜ਼ੀ ਇਹਨਾਂ ਨੂੰ ਫੋਨ ਕਰ ਦੋ ਬਿਲਕੁਲ ਨੀ ਆਉਂਦੇ ਹੈਗੇ, ਸਾਡੀ ਪਰੇਸ਼ਾਨੀ ਬਿਲਕੁਲ ਨੀ ਇਹ ਲੋਕ ਸਮਝਦੇ ਹੈਗੇ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਹੁਣ ਅਸੀਂ ਇਹੀ ਕਰਦੇ ਆ ਕੇ ਉਹਨੂੰ ਠੀਕ ਕਰਨ, ਟ੍ਰਾਂਸਫਾਰਮ ਠੀਕ ਕਰਨ, ਆ ਕੇ ਚੈੱਕ ਕਰਨ, ਜਦੋਂ ਅਸੀਂ ਫੋਨ ਕਰੀਏ ਇਹਨਾਂ ਨੂੰ ਆਉਣਾ ਚਾਹੀਦਾ ਇੱਥੇ, ਫਿਰ ਬਾਰ ਬਾਰ ਧਰਨਾ ਲਾਵਾਂਗੇ, ਫਿਰ ਬਾਰ ਬਾਰ ਇਹਨਾਂ ਦਾ ਜਲੂਸ ਕੱਢਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ ਡੋਟ ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।
ਇੱਥੇ ਤਾਂ।